तो पैसों के लेन देन नूं लै के दरअसल एक औरत दे घर दे उत्ते कब्जा करन दी कोशिश की जाती है। जिहां पुलिस ने हिरासत दे विच दो लोगों नूं लै लिया। इस तो इलावा पिंड वासियों का कहना है कि लोगों के वलों औरत दे उत्ते इल्जाम लगाए गए सी कि उसके पति ने उन्होंने पासों पैसे ने जिहड़े उधार ले ने जिहड़े कि वह वापस नहीं कर रहे, जिसके चलते घर दे विच औरत दे के उसका सारा समान है जिहड़ा घर तो बाहर सुट दिता जाता है। घर पर कब्जा करने की कोशिश की जाती है। जी हाँ, कई घंटिया तक हाई वोल्टेज ड्रामा चलता रहता। तो पिंड वासियों के वलों पुलिस को जड़ी इतला दी जाती है। पुलिस मौके पर पहुंचती है तो दो लोगों हिरासत में लै लेते हैं। बिल्कुल पैसों के लैन देन लैके एक महिला के एक औरत के घर के उत्ते कब्जा करने की कोशिश की जाती है। फलिया वाला इतने किन्ने बुलाया सी तानू? पिंड की मामला होया और की मामला फिर आए ਕਹਿੰਦੇ ਜੀ ਮਾਲਕ ਉਹ ਅਸੀਂ ਜੀ ਜਿਹੜਾ ਬੰਦੇ ਨੂੰ ਮਾਣ ਜਿੰਦਾ ਕੱਢਾ ਗਿਆ ਉਹ ਮਾਲਕ ਨੇ ਹਾਂਜੀ ਉਹ ਮਾਲਕ ਮਾਣ ਕਿਉਂ ਕੱਢਿਆ ਜਾ ਰਿਹਾ ਮੈਂ ਇਸ ਤਰ੍ਹਾਂ ਮੈਂ ਤਾਂ ਟਾਣੀ ਤਰ੍ਹਾਂ ਮੈਨੂੰ ਤਾਂ ਪਤਾ ਲੱਗਦਾ ਰਹਿ ਗਿਆ ਅਸੀਂ ਵੀ ਇੱਥੇ ਚਲੇ ਗਏ ਜਾਣ ਕੇ ਆ ਗਏ ਅਸੀਂ ਸਾਰੇ ਜਣੇ ਅੱਜ ਆ ਕੇ ਵੀ ਰੋਕਿਆ ਵੀ ਤੁਸੀਂ ਇਹ ਧੱਕਾ ਨਾ ਕਰੋ ਵੀ ਸਾਰਾ ਹਾਲੇ ਪੰਚਾਇਤਾਂ ਹੁਣ ਬਣਨ ਲੱਗੀਆਂ ਨੂੰ ਤੇ ਕੱਲ ਨੂੰ ਤੁਸੀਂ ਮੰਨ ਲੈ ਕੱਲ ਨੂੰ ਕਹੋਗੇ ਇਹ ਖਰੇ ਸਰਪੰਚਾਂ ਨੇ ਕਹਿਣ ਤੇ ਕੰਮ ਕਰਾਇਆ ਜਾ ਰਿਹਾ ਹੈ ਅਸੀਂ ਰੋਕਿਆ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਇੱਕ ਰੋਕ ਗਏ ਨੂੰ ਜੀ ਠੀਕ ਹੈ ਜੀ ਉਹ ਸ਼ੋਰ ਕਰਾਉਂਦੇ ਵੀ ਉਹਨੂੰ ਵੇਖਿਆ ਤੇ ਸੱਟ ਲੱਗੀ ਹੋਈ ਸੀ ਸੱਟ ਲੱਗੀ ਹਾਂਜੀ ਨਹੀਂ ਜਦੋਂ ਸਮਾਨ ਬਾਹਰ ਕੱਢਿਆ ਗਿਆ ਉਦੋਂ ਲੇਡੀਜ਼ ਇਕੱਲੀ ਘਰੇ ਇਕੱਲੀ ਲੇਡੀਜ਼ ਸੀ ਕੀ ਕਰੇ ਨਹੀਂ ਉਹ ਚੀਜ਼ ਦਾ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਆਇਆ ਬਾਅਦ ਵਿੱਚ ਆਇਆ ਅੱਛਾ ਠੀਕ ਹੈ ਜੀ ਵੇਖਿਆ ਤਾਂ ਸਮਾਨ ਬਾਹਰ ਪਿਆ ਨਹੀਂ ਉਹਨਾਂ ਦਾ ਥਾਂ ਦੇ ਨਾਲ ਕੀ ਲੈਣਾ ਦੇਣਾ ਹੈ ਜਾਂ ਕੋਈ ਉਹਨਾਂ ਦੀ ਥਾਂ ਹੈ ਹਾਂ ਜੀ ਉਹਨਾਂ ਪਹਿਲਾਂ ਇੱਕ ਭਰਾ ਦਾ ਹਿੱਸਾ ਉਹਨਾਂ ਲੈ ਲਿਆ ਸੀ ਪਹਿਲਾਂ ਅੱਛਾ ਜੀ ਠੀਕ ਹੈ ਜੀ ਇੱਕ ਪਹਿਲਾਂ ਲੈ ਲਿਆ ਨੇ ਉਦੋਂ ਬਾਅਦ ਉਹ ਕਹਿੰਦੇ ਨੇ ਸਾਨੂੰ ਇਹ ਵੀ ਥਾਂ ਦੇ ਦਿੱਤੀ ਨੇ ਅੱਛਾ ਜੀ ਠੀਕ ਹੈ ਜੀ ਹੁਣ ਪਿੰਡ ਦੇ ਬੰਦੇ ਕੋਲ ਦਿੱਤੀ ਹੋਵੇ ਤਾਂ ਆਪਾਂ ਕਹੀਏ ਵੀ ਠੀਕ ਹੈ ਜੀ ਤੇ ਮਤਲਬ ਆਪਣੇ ਇਸ ਚੀਜ਼ ਦਾ ਵਿੱਚ ਪਤਾ ਨਹੀਂ ਆਪਾਂ ਇੰਨੇ ਪੜ੍ਹੇ ਹੀ ਨਹੀਂ ਹੋਏ ਸੀ ਉਹ ਆਦਾ ਕੋਈ ਵੀਡੀਓ ਵੂਡੀਓ ਬਣਾਈ ਫਿਰ ਇਹਨੂੰ ਕਹਿੰਦੇ ਸਾਡੇ ਕੋਲ ਸਬੂਤ ਹੈ ਕਹਿੰਦੇ ਠੀਕ ਹੈ ਤੇ ਆਪਾਂ ਉਹਦੇ ਵਿੱਚ ਫਿਰ ਕੀ ਕਹਿ ਸਕਦੇ ਹਾਂ ਕੀ ਹੋਇਆ ਕੀ ਹੈ ਮਾਮਲਾ ਕੀ ਹੋਇਆ ਪੂਰਾ ਇਹ ਮਾਮਲਾ ਇਸ ਤਰ੍ਹਾਂ ਜੀ ਆਪਣੇ ਕਾਲਾ ਸਿੰਘ ਜਿਹੜਾ ਕਹਿੰਦੇ ਨੇ ਉਹ ਮਤਲਬ ਇਹ ਰਹਿ ਇਕੱਠੇ ਸੀ ਤੇ ਬਾਕੀ ਉਹਨਾਂ ਪੈਸੇ ਪੂਸੇ ਕੋਈ ਨਹੀਂ ਲਾਇਆ ਤੇ ਵੈਸੇ ਵੀ ਮਤਲਬ ਉਹਨਾਂ ਕਬਜ਼ਾ ਕੀਤਾ ਹੈ ਉਹਨਾਂ ਨਾਲ ਰਹਿੰਦੇ ਰਹੇ ਨੇ ਤੇ ਪੈਸੇ ਬਾਰੇ ਸਾਨੂੰ ਨਹੀਂ ਪਤਾ ਦਿੱਤੇ ਨੇ ਕਿ ਨਹੀਂ ਦਿੱਤੇ ਨੇ ਤੇ ਉਹਦਾ ਪਤਾ ਲੱਗਾ ਵੀ ਇਹਨਾਂ ਨੇ ਕਾਲੇ ਕੋਲ ਪੁੱਛਿਆ ਗਿਆ ਵੀ ਇਹਨਾਂ ਪੈਸੇ ਇਹਨਾਂ ਕੋਲ ਨਹੀਂ ਲਾਇਆ ਤੇ ਵੈਸੇ ਮੇਰੇ ਤੋਂ ਵੀ ਧੱਕਾ ਕਰਦੇ ਮੈਨੂੰ ਉਹਨੇ ਆਪ ਕਿਹਾ ਤੇ ਅਗਾਂ ਉਹਨਾਂ ਦਾ ਦੀਨ ਮੰਨ ਜਾਣੇ ਪੈਸੇ ਲੈ ਨੇ ਕਿ ਨਹੀਂ ਉਹਨਾਂ ਨੇ ਤੇ ਜਿਹੜਾ ਸਮਾਨ ਜਿਹੜਾ ਚੱਕ ਕੇ ਬਾਹਰ ਸੱਟਿਆ ਗਿਆ ਕੱਢਿਆ ਗਿਆ ਇਹ ਕਿਹਨਾਂ ਦੇ ਵੱਲੋਂ ਕੱਢਿਆ ਗਿਆ ਇਹ ਆਪਣੇ ਸ਼ਾਮੇਰਾਂ ਦਾ ਹੈ ਸ਼ਾਮ ਪੁੱਤਰ ਰੋਸ਼ਨ ਸਿੰਘ ਘਰੇ ਕੌਣ ਕੌਣ ਸੀ ਜਦੋਂ ਇਹ ਸਮਾਨ ਬਾਹਰ ਕੱਢਿਆ ਗਿਆ ਘਰੇ ਆਪਣੇ ਲਕੀਰ ਦੇ ਘਰ ਦੇ ਗਏ ਸੀ ਤੇ ਲੇਡੀਜ਼ ਹੈਗੀ ਸੀ ਦੋ ਤਿੰਨ ਬਸ ਕਿੰਨੇ ਜਣੇ ਸੀਗੇ ਜਿਹੜੇ ਸਮਾਨ ਕੱਢਣ ਆਏ ਸੀਗੇ ਬਾਹਰ ਇਹ ਹੈਗੇ ਤਿੰਨ ਚਾਰ ਜਣੇ ਗਏ ਸੀ ਤਿੰਨ ਚਾਰ ਜਣੇ ਹਾਂਜੀ ਚਾਰ ਪੰਜ ਜਣੇ ਨੇ ਮੈਂ ਮੌਕੇ ਤੇ ਨਹੀਂ ਹੈਗਾ ਸੀ ਬਾਅਦ 'ਚ ਮੈਂ ਆਇਆ ਹੱਥੋਂ ਬੱਕੀ ਵੀ ਹੋਏ ਆ ਪਿੰਡ 'ਚ ਪਤਾ ਤਾਂ ਲੱਗਿਆ ਹੀ ਹੋਣਾ ਹਾਂਜੀ ਹੱਥੋਂ ਬੱਕੀ ਤੋਂ ਲੜਾਈ ਹੋਈ ਜੀ ਵਾਅਦਾ ਕਿਹਨਾਂ ਦੇ ਵੱਲੋਂ ਕੀਤਾ ਗਿਆ ਕੁਝ ਪਤਾ ਚੱਲਿਆ ਵਾਅਦਾ ਸਰ ਆਪਣੇ ਵੀ ਵਾਅਦੇ ਵੀ ਗਏ ਲੋਕ ਪਤਾ ਨਹੀਂ ਮੈਂ ਆਪਣੀ ਪੂਰੀ ਗੱਲ ਤਾਂ ਨਹੀਂ ਪੂਰੀ ਘਟਨਾ ਦਾ ਪਤਾ ਹੈਗਾ ਤੁਸੀਂ ਬਾਅਦ ਦੇ ਵਿੱਚ ਹਾਂਜੀ ਬਾਅਦ 'ਚ ਪਹੁੰਚੇ ਨੇ ਪੂਰਾ ਮਾਮਲਾ ਕੀ ਹੈ ਧੱਕੇ ਨਾਲ ਕਬਜ਼ਾ ਕਰ
साल हो गए साडेरे गए पुत्र अज अमरीक सिंह एएसआई नूं इक टेलीफोन आया सी पिंड च रौला पै रहा कुट्टू वाले उत्थे अमरीक सिंह आया सी इत्थे उन्हां दा समान समून चुक के बाहर सुट्टिया कंधा वगैरह तोड़िया उत्थे मौके ते आके हुण कारवाई कर रहे की कारवाई कीती जा रही अगे परचा दित्ता किन्ने लोग सीगे जी 8-7 लोग सीगे जी हरासत वी ले आ कोई नहीं अजे कोई रहे।